ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਕਿ 12ਵੀਂ ਜਮਾਤ ਦੇ ਨਤੀਜੇ ਨੂੰ ਐਲਾਨੇ ਜਾਣ ਤੇ ਆਪਣੇ ਘੱਟ ਅੰਕ ਆਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਕਦਮ ਚੁੱਕਿਆ। ਹਾਲਾਂਕਿ ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਉਹਨਾਂ ਕਿਹਾ ਕਿ ਬੱਚਾ ਬਹੁਤੇ ਹੀ ਸ਼ਰੀਫ ਤੇ ਹਸਮੁਖ ਸੁਭਾਅ ਦਾ ਸੀ, ਬਿਨਾਂ ਕਿਸੇ ਕੰਮ ਤੋਂ ਘਰੋਂ ਵੀ ਬਾਹਰ ਕਦੇ ਨਹੀਂ ਨਿਕਲਦਾ ਸੀ। ਹਾਲਾਂਕਿ 12ਵੀਂ ਜਮਾਤ ਦੇ ਵਿੱਚ 61% ਨੰਬਰ ਆਏ ਸੀ, ਪਰ ਪਤਾ ਨਹੀਂ ਕਿਹੜੇ ਕਾਰਨ ਹੋਏ ਹੋਣਗੇ ਜਿਸ ਕਰਕੇ ਇਸ ਬੱਚੇ ਨੇ ਇਹ ਵੱਡਾ ਕਦਮ ਚੁੱਕ ਲਿਆ। ਪਰ ਜੇਕਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ, ਮ੍ਰਿਤਕ ਹਰਮਨਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਵਧੀਆ ਸੁਭਾਅ ਦਾ ਮਾਲਕ ਸੀ ਤੇ ਉਹ ਇਹੋ ਜਿਹਾ ਕਦਮ ਨਹੀਂ ਚੱਕ ਸਕਦਾ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸਬ ਡਿਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਮ੍ਰਿਤਕ ਹਰਮਨਪ੍ਰੀਤ ਸਿੰਘ ਦੇ ਪਿਤਾ ਦੁਬਈ 'ਚ ਕੰਮ ਕਰਦੇ ਨੇ। ਮਿਲੀ ਜਾਣਕਾਰੀ ਮੁਤਾਬਕ 12ਵੀਂ ਜਮਾਤ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਆਪਣੇ ਘਰ ਦੇ ਨਾਲ ਲੱਗਦੇ ਬਾੜੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਖਾਣ ਲਈ ਭੇਜ ਦੇਣ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪਵਨ ਕੁਮਾਰ ਸਰਪੰਚ ਸੰਗਤਪੁਰ ਕੀ ਮਾਮਲਾ ਹੈ ਸਰ? ਇੱਥੇ ਕੈਮਰੇ ਦੇਖੇ ਸਰ, ਮਾਮਲਾ ਜੀ ਹੁਣ ਕਿਆ ਦੱਸੀਏ ਹੁਣ ਵੀ ਬੇਟਾ ਇਹਦਾ ਇਹਦਾ ਸਮਝੋ ਇੱਕ ਦਿਨ ਹੋਇਆ ਸੀ, ਇਹਦਾ ਜਿਹੜਾ ਰਿਜ਼ਲਟ ਨਿਕਲਿਆ, ਇਹਦਾ ਰਿਜ਼ਲਟ 'ਚ ਪਤਾ ਨਹੀਂ ਨੰਬਰ ਸਮਝ 70% ਨੰਬਰ ਸੀ। ਹੁਣ ਪਤਾ ਨਹੀਂ ਕਿਆ ਚੱਕਰ ਹੋਇਆ ਵੀ ਸਮਝੋ 1 ਵਜੇ ਇਹਦਾ ਜਿਹੜਾ ਬਾਬਾ ਹੈਗਾ ਬਾੜੇ ਅਤੇ ਗਿਆ ਉੱਥੇ ਬੈਠਾ ਹੋਇਆ ਸੀਗਾ, ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਅਤੇ ਮੈਂ ਬੈਠਦਾ ਇੱਥੇ। ਅਤੇ ਉਹ ਫਿਰ ਉਹ ਆ ਗਿਆ, ਉਹਨੂੰ ਕਿਆ ਪਤਾ ਵੀ ਮਤਲਬ ਇੱਦਾਂ ਦਾ ਕੋਈ ਹੋ ਜਾਣਾ ਗਾ ਕੁਛ, ਅਤੇ ਫੋਨ ਤਾਂ ਹੁੰਦਾ ਹੀ ਆ, ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਆ, ਅਤੇ ਅੱਗੇ ਵੀ ਕਹਿੰਦੇ ਆ ਕੇ ਬੈਠ ਜਾਂਦਾ ਜਾਂ ਤਾਂ ਕੋਈ ਘੰਟਾ ਘੰਟਾ ਫੋਨ ਚਲਾਈ ਜਾਣਾ ਇਹਨੇ, ਅਤੇ ਉਹ ਰੋਟੀ ਖਾਣਾ ਆ ਗਿਆ, ਉਹਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ। ਫਿਰ ਬਾਅਦ 'ਚ ਉਹਨੇ ਘਰੋਂ ਕਹਿੰਦੇ ਕਿਤੇ ਫੋਨ ਕਰਦੇ ਹੋਣੇ ਮਦਰ ਇਹਨਾਂ ਦੀ ਨਾ, ਫੋਨ ਕਰਦੇ ਹੋਣੇ ਵੀ ਅਤੇ ਫੋਨ ਨਾ ਚੱਕੇ ਇਹ। ਫਿਰ ਉਹ ਨਾਲੇ ਜਿੱਥੇ ਜਿਹੜੇ 1-2 ਘਰ ਹੈਗੇ ਨਾ ਉੱਥੇ ਨਾਲੇ ਜਿੱਥੇ ਇਹਨਾਂ ਦਾ ਬਾੜਾ ਹੈਗਾ, ਫਿਰ ਉਹਨਾਂ ਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬਾੜੇ ਆ ਵੀ ਉਹ ਵੀ ਫੋਨ ਨਹੀਂ ਚੱਕਿਆ ਕਰਦਾ। ਜਦ ਉੱਥੇ ਗਏ ਉਹ ਤਾਂ ਉੱਥੇ ਦੇਖਿਆ ਤਾਂ ਉੱਪਰ ਉਹਨਾਂ ਨੇ ਮਤਲਬ ਰੱਸੀ ਬੰਨ੍ਹ ਕੇ ਆਹ ਲਾ ਲਿਆ ਹੋਇਆ ਸੀ। ਹੋਰ ਕੀ ਨਾਮ ਫਿਰ ਮੇਰੇ ਮੁੰਡਾ ਨਾਮ ਕੀ ਸੀ? ਮੁੰਡੇ ਦਾ ਨਾਮ ਹੈ ਹਰਮਨਪ੍ਰੀਤ। ਹਾਂ ਹਾਂ ਹਰਮਨਪ੍ਰੀਤ ਹੈ। ਹਰਮਨਪ੍ਰੀਤ ਪੇਰੈਂਟਸ ਕਿੱਥੇ ਆ ਜੀ? ਪੇਰੈਂਟਸ ਉਹਨਾਂ ਦੇ ਜਿਹੜੇ ਫਾਦਰ ਹੈ ਉਹ ਤਾਂ ਬਾਹਰ ਸੀਗੇ ਉਹ, ਅਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ, ਆਈ ਗਏ ਮੇਰੇ ਖਿਆਲ ਸ਼ਾਇਦ ਉਹ, ਹਾਂ ਉਹ ਆ ਗਏ ਵੇ ਹੈ, ਅਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ, ਦੋਨੇ ਸੀ। ਦੇਖੋ ਇੱਦਾਂ ਤਾਂ ਨਹੀਂ ਲੱਗਦਾ ਹੈਗਾ, ਦੇਖੋ ਹੁਣ ਨੰਬਰ ਦੇਖੋ 70% ਥੋੜ੍ਹੇ ਨੰਬਰ ਥੋੜ੍ਹਾ ਗਏ ਹੈ, ਅਤੇ ਨੰਬਰ ਤਾਂ ਘੱਟ ਨਹੀਂ ਹੈਗੇ ਹੈ, ਕੋਈ ਹੋਰ ਹੀ ਕਾਰਨ ਹੋ ਸਕਦਾ ਹੁਣ, ਹੁਣ ਕਹਿ ਨਹੀਂ ਸਕਦੇ ਹੁਣ ਕਿਉਂ, ਕਿਉਂ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ, ਇਕੱਲਾ ਹੀ ਸੀਗਾ ਉਹ, ਠੀਕ ਨਹੀਂ ਹੈ। ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾ ਹੈਗਾ, ਜਿਹੜਾ ਕਿ ਫੋਨ ਡਿਟੇਲ 'ਚੋਂ ਵੀ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ, ਹੁਣ ਉਦੋਂ ਹੀ ਕੁਛ ਪਤਾ ਲੱਗ ਸਕਦਾ, ਹੋਰ ਤਾਂ ਨਾ ਘਰਦਿਆਂ ਨੂੰ ਪਤਾ ਨਾ ਆਣ ਦੂਜਾ ਪੜੋਸੀ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਛ। ਬਾਈ ਨੇਚਰ ਗੱਲ ਕਰੀਏ ਬੱਚੇ ਦੀ, ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ, ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪਾਉਣਾ ਕੁਛ ਵੀ ਨਹੀਂ ਸੀਗਾ, ਮਤਲਬ ਆਪਣਾ ਆਪਣਾ ਕੰਮ ਕਰਨਾ ਘਰ ਆਉਣਾ ਬਸ, ਕੋਈ ਮੈਂ ਕਦੀ ਦੇਖਿਆ ਨਹੀਂ, ਨਾ ਆਵਾਰਾ ਘੁੰਮਦਾ ਦੇਖਿਆ ਕਦੀ ਵੀ ਨਹੀਂ, ਉਹਦੀ ਬੋਲ ਬਾਣੀ ਇੰਨੀ ਵਧੀਆ ਸੀ। ਅੱਛਾ 20 ਦਿਨ ਹੋਏ ਮੇਰੇ ਕੋਲ ਆਇਆ, ਮੈਂ ਬੈਠਾ ਸੀਗਾ ਅਤੇ ਆਇਆ ਅਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ, ਪਹਿਲਾਂ ਕਹਿੰਦੇ ਮੇਰਾ ਬਣਿਆ ਨਹੀਂ, ਮੈਂ ਕਿਹਾ ਆ ਜਾਣਾ ਜਾਂ ਬਾਈ ਪੋਸਟ ਆਉਣਾ ਆ ਜਾਣਾ ਤੇਰਾ, ਅਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਹੋਇਆ ਉੱਧਰ, ਉਹ ਸੈਂਸ ਹੋ ਜੀ ਸੈਂਸ ਹੋ ਜਾਂਦਾ ਜੀ, ਹਾਂਜੀ। ਸੋ ਬਹੁਤ ਦੁੱਖ ਦੀ ਗੱਲ ਹੈ ਜੀ। ਇੱਕ ਸਾਨੂੰ ਕੱਲ੍ਹ ਇਨਫੋਰਮੇਸ਼ਨ ਆਈ ਸੀ, ਬਰੋਡਡ ਸਿਵਲ ਹੋਸਪਿਟਲ ਤੋਂ ਰੁਕਮ ਰਿਸੀਵ ਹੋਇਆ ਸੀਗਾ, ਜਿਹਦੇ ਵਿੱਚ ਇੱਕ ਹਰਮਨਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ, +2 ਕਰਕੇ ਹਟਿਆ ਸੀਗਾ, ਉਹਨੇ ਹੈਂਗਿੰਗ ਕਰ ਲਈ ਸੀਗੀ ਅਤੇ ਜਿਹਦੇ ਨਾਲ ਹੋਸਪਿਟਲ ਜਾਂਦੇ ਟਾਈਮ ਇੱਦਾਂ ਹੋ ਗਿਆ ਸੀ, ਅਤੇ ਸਾਨੂੰ ਨਾਲ ਉਹਦੇ
ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ, ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ। ਬਾਕੀ ਪੋਸਟਮਾਰਟਮ ਜਾਰੀ ਹੈ ਅਤੇ ਉਸ ਤੋਂ ਬਾਅਦ ਜਾਂਚ ਕਰ ਰਹੇ ਆਪਾਂ ਜਿੱਦਾਂ ਦੀ ਵੀ ਕਾਰਵਾਈ ਹੋ ਗਈ। ਹਾਂ ਦੱਸ ਰਹੇ ਆ ਜੀ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਦੱਸ ਰਹੇ ਆ, ਬੱਚਾ ਬੜਾ ਸਹੀ ਸੀਗਾ, ਕੋਈ ਤਾਂ ਇਹੋ ਜਿਹੀ ਗੱਲ ਤਾਂ ਬੈਕਗਰਾਊਂਡ ਬਹੁਤ ਅੱਛੀ ਸੀਗੀ ਬੱਚੇ ਦੀ, ਪਰ ਨੰਬਰਿੰਗ ਘੱਟ ਆਉਣ ਲੱਗ ਕਹਿੰਦਾ ਵੀ ਵੀ ਕੱਲ੍ਹ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ ਟੂ ਦਾ, ਜਿਹਦੇ ਕਰਕੇ ਉਹਨੇ ਇਹ ਕਦਮ ਚੁੱਕਿਆ। ਪੁਲਿਸ ਦੀ ਜਾਂਚ ਜਾਰੀ ਹੈ। ਹਾਂਜੀ ਹਾਂਜੀ, ਪੁਲਿਸ ਦੀ ਜਾਂਚ ਜਾਰੀ ਹੈ।